ਸਤਿ ਸ਼੍ਰੀ ਅਕਾਲ ਜੀ ਸਾਰੇ ਜਣਿਆਂ ਨੂੰ, ਮੈਂ ਤੁਹਾਡਾ ਆਪਣਾ ਪਰਮੀਸ਼ ਅਤੇ ਆਈ ਐਮ ਸੋਰੀ ਵੈਰੀ ਮੱਚ, ਕਿਉਂਕਿ ਮੈਂ 6 ਵਜੇ ਲਾਈਵ ਆਉਣਾ ਸੀਗਾ। ਕੱਲ੍ਹ ਅਸੀਂ ਪੋਸਟ ਪਾਈ ਸੀ ਇੰਸਟਾਗ੍ਰਾਮ ਅਤੇ ਸਨੈਪਚੈਟ ਦੇ ਉੱਤੇ, ਪਰ ਮੈਂ ਲੇਟ ਹੋ ਗਿਆ ਕਿਉਂਕਿ ਮੈਂ ਕਮਲ ਖਹਿਰੇ ਦੀ ਵੇਟ ਕਰ ਰਿਹਾ ਸੀ ਅਤੇ ਖਹਿਰਾ ਹਲੇ ਵੀ ਲੇਟ ਆ। ਹੁਣ ਮੈਨੂੰ ਨਹੀਂ ਪਤਾ ਕਿ ਖਹਿਰਾ ਕਦੋਂ ਤੱਕ ਆਊਗਾ, ਪਰ ਉਹਨੇ ਕਿਹਾ ਸੀ ਵੀਰੇ ਜਲਦੀ ਪਹੁੰਚ ਰਿਹਾ, ਸੋ ਮੈਂ ਸੋਚਿਆ ਉਹਨੀ ਦੇਰ ਇੱਕ ਤਾਂ ਮੈਂ ਲਾਈਵ ਹੋਇਆ ਨਾ, ਇੱਕ ਨਾਲੇ ਜਦ ਤੱਕ ਆਡੀਅੰਸ ਆਊਗੀ, ਓ ਸੋਰੀ ਖਹਿਰਾ ਆਊਗਾ, ਉਦ ਤੱਕ ਤੁਸੀਂ ਵੇਟ ਕਰ ਰਹੇ ਹੋਵੋਗੇ। ਸਾਨੂੰ ਕਾਫੀ ਮੈਸੇਜਸ ਵੀ ਆ ਰਹੇ ਸੀਗੇ ਕਿ ਬਾਈ ਤੂੰ ਲਾਈਵ ਆਉਣਾ ਸੀ। ਸਾਹਿਲ ਵੀਰਾ, ਦੂਜਾ ਵੀਰਾ ਵੀ ਸਾਹਿਲ, ਫਿਰ ਹਿਤੇਸ਼, ਚਿਰਾਗ ਬਾਂਸਲ ਜੀ, ਸੱਜਣ ਜੀ ਅਤੇ ਸਿਆਣੀ ਚਿਰਾਗ, ਸਾਰਿਆਂ ਨੂੰ ਬਹੁਤ ਸਾਰਾ ਪਿਆਰ, ਥੈਂਕ ਯੂ ਸੋ ਮੱਚ। ਬੱਲੀ ਰਾਜਗੜੀ ਆ ਸਾਡੇ ਵਾਲਾ, ਸਿਮਰਾ ਸੰਧੂ ਜੀ ਅਤੇ ਮਨੀਲਾ ਤੋਂ, ਕਿਆ ਬਾਤ ਹੈ, ਅਤੇ ਰੋਹਨ ਵੀਰਾ, ਸਾਰੇ ਜਣਿਆਂ ਨੂੰ ਬਹੁਤ ਸਾਰਾ ਪਿਆਰ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, 22 ਤਰੀਕ ਨੂੰ ਗਾਣਾ ਆ ਰਿਹਾ ਜੀ ਕੱਚੇ ਪੱਕੇ ਯਾਰ। ਉਮੀਦ ਕਰਦਾ ਤੁਸੀਂ ਸਾਰੇ ਜਾਣੇ ਪਿਆਰ ਦਿਓਗੇ, ਉਮੀਦ ਕਰਦਾ ਤੁਹਾਨੂੰ ਗਾਣਾ ਵਧੀਆ ਵੀ ਲੱਗੂਗਾ। ਕੱਚੇ ਪੱਕੇ ਯਾਰ ਗਾਣਾ ਮੈਂ ਜਦੋਂ ਬਣਾਇਆ ਸੀਗਾ, ਜਦੋਂ ਮੈਂ ਕੈਨੇਡਾ ਪਰਫੋਰਮ ਕਰਨ ਆਉਣਾ ਸੀਗਾ, ਉਦੋਂ ਬਣਾਇਆ ਸੀ, ਪਰ ਮੈਂ ਉਦੋਂ ਪਰਫੋਰਮ ਨਹੀਂ ਸੀ ਕੀਤਾ ਗਾਣਾ, ਕਿਉਂਕਿ ਉਹ ਆ ਗਏ ਸਾਰੇ ਜਾਣੇ, ਇਹ ਤਾਂ ਪਾਪਾ ਆਏ ਨੇ ਸ਼ਾਇਦ, ਉਹ ਅੱਜ ਡੈਡੀ ਮਿਲਣ ਆਏ ਨੇ। ਅਤੇ ਫਿਰ ਮੈਂ ਜਦੋਂ ਆਸਟ੍ਰੇਲੀਆ ਗਿਆ ਸੀਗਾ, ਮੈਂ ਉੱਥੇ ਪਰਫੋਰਮ ਕੀਤਾ ਪਹਿਲੀ ਵਾਰੀ ਉਹ ਗਾਣਾ। ਮੈਨੂੰ ਜਿੰਨੇ ਵੀ ਫੈਨ ਸੀ ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ, ਵੈਸੇ ਉਹ ਤਾਂ ਜਮਾਂ ਹੀ ਰਫ ਸੀਗਾ ਕਿਉਂਕਿ ਮੈਂ ਕੱਚਾ ਵਾ ਡੰਮੀ ਉਹ ਬਣਾ ਕੇ ਲੈ ਗਿਆ ਸੀਗਾ, ਬਹੁਤ ਲੋਕਾਂ ਨੂੰ ਵਧੀਆ ਲੱਗਿਆ, ਸਾਰੇ ਜਣਿਆਂ ਨੇ ਪਿਆਰ ਦਿੱਤਾ। ਅਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਬਣਾਵਾਂ ਗਾਣਾ, ਅਤੇ ਉੱਥੇ ਆਸਟ੍ਰੇਲੀਆ ਮੁੰਡੇ ਸੀਗੇ ਜਿਹੜੇ, ਦੋ ਮੁੰਡੇ ਆਏ ਸੀ, ਮੈਨੂੰ ਅੱਜ ਵੀ ਯਾਦ ਆ, ਉਹ ਜਾਣੇ ਨਾ ਆਪਣੀ ਜੋਬ ਛੱਡ ਕੇ ਆਏ ਸੀ, ਜੋਬ ਵੀ ਉਹਨੇ ਛੁੱਟੀ ਲੈ ਕੇ ਨਹੀਂ ਸੀ, ਨੌਕਰੀ ਉਹ ਛੱਡ ਕੇ ਆਏ ਸੀ ਕਿਉਂਕਿ ਉਹਨਾਂ ਨੂੰ ਛੁੱਟੀ ਨਹੀਂ ਸੀ ਮਿਲ ਰਹੀ। ਸਤਿ ਸ਼੍ਰੀ ਅਕਾਲ ਪਾਪਾ, ਇੱਕ ਮੈਂ ਲਾਈਵ ਹਾਂ ਫੇਸਬੁੱਕ ਦੇ ਉੱਤੇ, ਸੋ ਮੈਨੂੰ 2 ਮਿੰਟ ਦਿਓ, ਬੈਠੋ ਪੈਰੀ ਪਹਿਨਾ ਜੀ, ਬੈਠੋ ਬੇਟਾ ਤੂੰ, ਬਹਿ ਪਾਪਾ, ਪਾਪਾ ਆ ਗਿਆ ਬਸ, ਹੈ ਨਾ। ਅਤੇ ਉਹ ਰਹੇ ਡੈਡੀ, ਅਤੇ ਆਪਣਾ ਉਦੋਂ ਮੈਂ ਜਦੋਂ ਕੱਚੇ ਪੱਕੇ ਯਾਰ ਪਲੇ ਕੀਤਾ, ਸਾਰੇ ਜਣਿਆਂ ਨੂੰ ਵਧੀਆ ਲੱਗਿਆ, ਪਰਫੋਰਮ ਕੀਤਾ, ਫਿਰ ਮੈਂ ਸੱਚੀ ਮੈਂ ਸੋਚਿਆ ਕਿ ਯਾਰ ਇਹ ਗਾਣੇ ਦੀ ਵੀਡੀਓ ਬਣਨੀ ਚਾਹੀਦੀ ਹੈ, ਗਾਲ ਨਹੀਂ ਕੱਢਣੀ ਨੂੰ ਤੁਸੀਂ ਸਾਰਿਆਂ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ, ਗਾਲ ਨਹੀਂ ਕੱਢਣੀ। ਪੈਨ ਇੰਡੀਆ ਗਾਣਾ ਚੱਲਿਆ, ਬੋਂਬੇ 'ਚ ਵੀ ਚੱਲਿਆ, ਅਤੇ ਦਿੱਲੀ 'ਚ ਵੀ ਚੱਲਿਆ, ਬਾਹਰ ਚੱਲਿਆ, ਸਾਰੇ ਕਿਤੇ, ਤਾਂ ਮੈਨੂੰ ਸਾਰੇ ਜਣਿਆਂ ਨੇ ਜ਼ੋਰ ਪਾਇਆ ਹੋਇਆ ਸੀ ਕਿ ਯਾਰ ਤੂੰ ਪੈਨ ਇੰਡੀਆ ਗਾਣਾ ਕਰ, ਪੈਨ ਇੰਡੀਆ ਗਾਣਾ ਕਰ, ਜਿਹੜਾ ਬਾਹਰਲੇ ਸੁਣਨ। ਪਰ ਮੈਨੂੰ ਥੋੜ੍ਹਾ ਜਿਹਾ ਐਂ ਸੀ ਯਾਰ ਕਿ ਮੇਰੀ ਪੰਜਾਬ ਦੀ ਆਡੀਅੰਸ ਜਿਹੜੀ ਮੈਂ ਜਿਹਨਾਂ ਕਰਕੇ ਬਣਿਆ, ਜੇ ਮੈਂ ਉਹਨਾਂ ਲਈ ਉਹ ਗਾਣਾ ਕਰਨਾ। ਅਤੇ ਕੱਚੇ ਪੱਕੇ ਯਾਰ ਉਦੋਂ ਬਣ ਚੁੱਕਾ ਸੀਗਾ, ਉਹ ਜਮਾਂ ਹੀ ਮਤਲਬ ਕੀ ਕਹਿੰਦੇ ਨੇ ਇੱਕ ਸਰਟਨ ਆਡੀਅੰਸ ਲਈ ਆ ਜਿਹੜੇ ਬਾਹਰ ਰਹਿੰਦੇ ਨੇ ਸਟੂਡੈਂਟਸ ਇੱਕ ਤਰੀਕੇ ਨਾਲ। ਸੋ ਕਮਰਸ਼ਲੀ ਮੈਨੂੰ ਬੜੇ ਲੋਕਾਂ ਨੇ ਕਿਹਾ ਕਿ ਕਮਰਸ਼ਲ ਨਹੀਂ ਹੈਗਾ ਗਾਣਾ, ਪਰ ਮੈਂ ਸੱਚੀ ਗਾਣਾ ਬੜੀ ਰੂਹ ਨਾਲ ਬਣਾਇਆ, ਅਤੇ ਨਾ ਮੈਂ ਸਿੰਗਰ ਹਾਂ, ਨਾ ਮੈਂ ਕੀ ਕਹਿੰਦੇ ਨੇ ਅਖਾੜੇ ਲਾਉਣੇ ਨੇ, ਮੈਂ ਗਾਣਾ ਆਪਣੀ ਮਰਜ਼ੀ ਲਈ ਕਰਦਾ, ਆਪਣੀ ਖੁਸ਼ੀ ਲਈ ਕਰਦਾ, ਆਪਣੇ ਫੈਨਸ ਲਈ ਕਰਦਾ। ਸੋ ਇਹ ਗਾਣਾ ਤਾਂ ਬਣਨਾ ਹੀ ਬਣਨਾ ਸੀਗਾ, ਅਤੇ ਮੈਂ ਵੀਡੀਓ ਕੀਤੀ ਸ਼ੂਟ ਜਦੋਂ ਕੈਨੇਡਾ ਗਿਆ ਉਦੋਂ, ਅਤੇ ਮੈਂ ਇਹੀ ਗਾਣਾ ਰਿਲੀਜ਼ ਕੀਤਾ, ਮੈਂ ਹੋਰ ਕੋਈ ਗਾਣਾ ਨਹੀਂ ਰਿਲੀਜ਼ ਕੀਤਾ। ਅਤੇ ਅੱਗੇ ਵੀ ਜਿੰਨੇ ਵੀ ਮੈਂ ਗਾਣੇ ਕਰਨੇ ਨੇ ਆਪਦੀ ਆਡੀਅੰਸ ਕਰਕੇ ਕਰਨੇ ਨੇ। ਅਤੇ ਕਿੰਗ ਵੀ ਸਾਡਾ ਲਾਈਵ ਹੋ ਗਿਆ, ਸਾਡਾ ਆਸਟ੍ਰੇਲੀਆ ਦਾ ਸੈਲੈਬ੍ਰਿਟੀ, ਕੀ ਹਾਲ ਆ ਕਿੰਗ, ਆਸਟ੍ਰੇਲੀਆ ਤਾਂ ਨਹੀਂ ਹੁਣ ਤਾਂ ਆਲ ਓਵਰ ਵਰਲਡ ਹੀ ਆ ਮਿੱਤਰਾ। ਅਤੇ ਆਪਣਾ ਸੋ ਮੈਂ ਇਹ ਗਾਣਾ ਸੱਚੀ ਆਪਦੇ ਮਨ ਲਈ, ਆਪਣੇ ਆਪਣੇ ਜੋ ਮੇਰੀ ਸਟਰਗਲ ਹੈ ਮੈਂ ਉਹਦੇ ਲਈ ਕੀਤਾ। ਅਤੇ ਪੈਨ ਇੰਡੀਆ ਵੀ ਜਾਣਾ ਹੋਊਗਾ, ਚੱਲ ਜੂ ਬੰਦਾ, ਪਰ ਮੈਂ ਪੰਜਾਬ ਦਾ ਆਰਟਿਸਟ ਹਾਂ, ਤੋਂ ਮੈਂ ਆਪਣੀਆਂ ਪਹਿਲੀਆਂ ਸ਼ੁਰੂਆਤ ਵਾਲੀਆਂ ਇੰਟਰਵਿਊਜ਼ ਵਿੱਚ ਤੋਂ ਲੈ ਕੇ ਹੁਣ ਤੱਕ ਹਮੇਸ਼ਾ ਆਸਟ੍ਰੇਲੀਆ ਦੇ ਸਟੂਡੈਂਟਸ ਦੀ ਦਾ ਜ਼ਿਕਰ ਕਰਦਾ ਹੁੰਦਾ, ਕਿਉਂਕਿ ਮੈਂ ਸਟੂਡੈਂਟ ਰਿਹਾ। ਪਲੱਸ ਮੈਂ ਇਹ ਗੱਲ ਕਹਿੰਦਾ ਸੀ ਕਿ ਮੈਂ ਬੋਂਬੇ ਵੀ ਤਾਂ ਹੀ ਛੱਡ ਕੇ ਆਇਆ ਸੀ ਕਿਉਂਕਿ ਮੈਂ ਆਪਣੇ ਲੋਕਾਂ ਲਈ ਆਪਦੀ ਭਾਸ਼ਾ 'ਚ ਕੰਮ ਕਰਨਾ ਚਾਹੁੰਦਾ ਸੀ, ਆਪਦੀ ਭਾਸ਼ਾ 'ਚ। ਇਸ ਕਰਕੇ ਪੈਨ ਇੰਡੀਆ ਉਹੀ ਗਾਣਾ ਵੱਜੂਗਾ ਜਿਹੜਾ ਪੰਜਾਬ 'ਚ ਵੱਜੂਗਾ, ਸੋ ਇਸ ਤਾਂ ਪੰਜਾਬ ਵਾਲੇ ਹੀ ਗਾਣੇ ਬਣਾਵਾਂਗੇ। ਅਤੇ ਬਾਕੀ ਇਮੋਸ਼ਨਲ ਗੱਲਾਂ ਨੂੰ ਸਾਈਡ 'ਤੇ ਰੱਖ ਕੇ ਹਾਸੇ ਖੇਡੇ ਦੀ ਗੱਲਬਾਤ ਕਰਦੇ ਹਾਂ। ਥੈਂਕ ਯੂ ਜਿੰਨੇ ਵੀ ਪ੍ਰੀ ਆਰਡਰਸ ਆ ਰਹੇ ਨੇ, ਕਿਉਂਕਿ ਮੈਂ ਸਨੈਪਚੈਟ ਇੰਸਟਾਗ੍ਰਾਮ ਪਾਈ ਸੀਗੀ, ਅਤੇ ਮੈਨੂੰ ਘੱਟੋ ਘੱਟ 300-400 ਪ੍ਰੀ ਆਰਡਰਸ ਦੀ ਸਕਰੀਨਸ਼ੋਟ ਆ ਗਏ। ਸੋ ਥੈਂਕ ਯੂ ਤੁਹਾਡਾ ਸਾਰਿਆਂ ਦਾ, ਜਿੰਨੇ ਜਾਣੇ ਵੀ ਓਰਿਜਨਲ ਬਾਏ ਕਰ ਰਹੇ ਨੇ, ਥੈਂਕ ਯੂ। ਅਤੇ ਜੇ ਕਿਸੇ ਦੀ ਪੋਕਿਟ ਨਹੀਂ ਅਲਾਓ ਕਰਦੀ ਤਾਂ ਜੀ ਆਪਣਾ 22 ਤਰੀਕ ਨੂੰ ਗਾਣਾ ਆ ਜਾਣਾ, ਅਤੇ ਤੁਸੀਂ ਕੀ ਕਹਿੰਦੇ ਨੇ ਜ਼ਰੂਰ ਗਾਣਾ ਦੇਖਿਓ, ਗਾਣੇ ਨੂੰ ਸ਼ੇਅਰ ਕਰਿਓ, ਕੋਮੈਂਟ ਕਰਿਓ, ਕਮੈਂਟਾਂ 'ਚ ਗਾਲ ਨਾ ਕੱਢਿਓ। ਅਤੇ ਇਹ ਗਾਣਾ ਇੱਕ ਹੋਪ ਦਾ ਗਾਣਾ, ਜਿੰਨੇ ਵੀ ਆਸਟ੍ਰੇਲੀਅਨ ਜਾਂ ਕੈਨੇਡਾ ਵੀ, ਈਵਨ ਮੈਨੂੰ ਹੋਂਗਕੋਂਗ ਤੋਂ ਮੁੰਡਿਆਂ ਦਾ ਮੈਸੇਜ ਆਇਆ ਕਿ ਬਾਈ ਅਸੀਂ ਹੋਂਗਕੋਂਗ ਦੇ ਸਟੂਡੈਂਟਸ ਹਾਂ। ਹੁਣੇ ਲਾਈਵ 'ਚ ਇੱਕ ਮਨੀਲੇ ਦਾ ਵੀਰਾ ਵੀ ਸੀਗਾ, ਜਿਹੜਾ ਇੱਕ ਮਨੀਲੇ ਤੋਂ ਬਾਈ ਵੀ ਹੈ ਨਾ, ਜਿਹਨੇ ਕਿਹਾ ਸੀ ਆਪਣਾ ਭੂਆ ਨਹੀਂ ਸੱਦਣੀ, ਮੈਂ ਉਹ ਵੀ ਸੁਣਿਆ ਸੀਗਾ, ਉਹ ਬਹੁਤ ਘੈਂਟ ਸੀਗਾ। ਅਤੇ ਆਪਣਾ ਇਸ ਕਰਕੇ ਮੈਨੂੰ ਆਇਆ ਕਿ ਜਿੰਨੇ ਵੀ ਅਸੀਂ ਬਾਹਰ ਰਹਿੰਦੇ ਹਾਂ, ਮੈਂ ਜਦੋਂ ਇੱਕ ਨਾ ਤੁਹਾਨੂੰ ਗੱਲ ਦੱਸਦਾ ਵੀ ਆਪਣਾ ਕੀ ਕਹਿੰਦੇ ਨੇ ਮਿਰਚੀ ਅਵਾਰਡਸ ਹੋਏ ਸੀਗੇ, ਜਦੋਂ ਮਿਰਚੀ ਅਵਾਰਡ ਦੇ ਉੱਤੇ ਨਾ ਮੈਂ ਪਰਫੋਰਮ ਕਰਨਾ ਸੀ, ਪਹਿਲਾਂ ਮੈਂ ਉੱਥੇ ਆਲੇ ਚੱਕ ਮੈਂ ਆ ਗਿਆ ਕੀਤਾ ਪਰਫੋਰਮ, ਉਦੋਂ ਬਾਅਦ ਮੈਂ ਕੀਤਾ ਕੀ ਕਹਿੰਦੇ ਨੇ ਗਾਲ ਨਹੀਂ ਕੱਢਣੀ, ਅਤੇ ਮੇਰੇ ਕੋਲ ਹੋਰ ਵੀ ਗਾਣੇ ਬਣੇ ਪਏ ਨੇ,
ਪਰ ਮੈਂ ਉੱਥੇ ਕੱਚੇ ਪੱਕੇ ਯਾਰ ਜਾਣ ਕੇ ਪਰਫੋਰਮ ਕੀਤਾ, ਜਿਹੜਾ ਇੱਕ ਨੂੰ ਆਉਣਾ ਉਹਦਾ ਟੈਲੀਕਾਸਟ, ਅਤੇ ਮੈਂ ਉੱਥੇ ਆ ਗੱਲ ਬੋਲੀ ਸਪੈਸ਼ਲੀ ਪਰਫੋਰਮੈਂਸ ਰੋਕ ਕੇ ਕਿ ਮੈਂ ਇੱਥੇ ਬੈਠਾ ਆਪਦੇ ਬਾਹਰਲੇ ਸਟੂਡੈਂਟ ਨੇ, ਇਹ ਬੜੀ ਪੁਰਾਣੀ ਗੱਲ ਹੈ, ਹੁਣ ਤੋਂ 2-3 ਹਫ਼ਤੇ ਪਹਿਲਾਂ ਸ਼ੂਟ ਹੋਇਆ ਸੀਗਾ ਕੱਚੇ ਪੱਕੇ ਹੈ ਨਾ ਮਿਰਚੀ ਅਵਾਰਡ, ਮੈਂ ਉੱਥੇ ਗੱਲ ਬੋਲੀ ਸੀ, ਮੈਂ ਕਿਹਾ ਮੈਂ ਜਿਹੜੇ ਬਾਹਰ ਸਟੂਡੈਂਟ ਨੇ ਉਹਨਾਂ ਸਾਰਿਆਂ ਨੂੰ ਰਿਪ੍ਰਜੈਂਟ ਕਰਦਾ, ਉਹ ਕਦੇ ਆਹ ਨਾ ਸੋਚਣ ਕਿ ਇੰਡੀਆ 'ਚ ਬੈਠਾ ਮੈਂ ਉਹਨਾਂ ਨੂੰ ਭੁੱਲ ਗਿਆ। ਸੋ ਮੈਂ ਇੰਡੀਆ ਦੀ ਪਰਫੋਰਮੈਂਸ ਇੰਡੀਆ ਦੇ ਅਵਾਰਡ ਸ਼ੋਅ ਦੇ ਵਿੱਚ ਠੋਕ ਕੇ ਗੱਲ ਕਹੀ ਸੀ ਕਿ ਜਿਹੜੀ ਸਾਡੀ ਸਟਰਗਲ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ ਸਟਰਗਲ ਆ, ਬਹੁਤ ਵੱਡੀ ਸਟਰਗਲ ਹੈ, ਅਤੇ ਮੈਂ ਉਹਨਾਂ ਨੂੰ ਭੁੱਲਿਆ ਨਹੀਂ। ਸੋ ਮੈਂ ਉਹਨਾਂ ਨੂੰ ਡੈਡੀਕੇਟ ਕਰਕੇ ਆਪਣੀ ਮਿਰਚੀ ਮਿਊਜ਼ਿਕ ਦੀ ਪਰਫੋਰਮੈਂਸ 'ਚ ਵੀ, ਅੱਜ ਤੋਂ 2-3 ਹਫ਼ਤੇ ਪਹਿਲਾਂ ਉੱਥੇ ਵੀ ਮੈਂ ਆਪਣਾ ਕੱਚੇ ਪੱਕੇ ਯਾਰ ਹੀ ਪਰਫੋਰਮ ਕੀਤਾ ਸੀਗਾ, ਅਤੇ ਉਹਦੀ ਹੁਣ 21 ਤਰੀਕ ਨੂੰ ਉਹਦੀ ਉਹਦਾ ਟੈਲੀਕਾਸਟ ਹੈ, ਅਤੇ 22 ਨੂੰ ਗਾਣਾ ਆਜੂਗਾ। ਸੋ ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਗਾਣਾ ਵਧੀਆ ਲੱਗੂਗਾ। ਜਿੰਨੇ ਵੀ ਮੁੰਡੇ ਜਾਂ ਕੁੜੀਆਂ ਬਾਹਰ ਇੱਕ ਹੋਪ ਦੇ ਵਿੱਚ ਜਾਂਦੇ ਨੇ ਕਿ ਸਾਰੇ ਜਾਣੇ ਆਪਣਾ ਕੀ ਕਹਿੰਦੇ ਨੇ ਕਿ ਇੱਕ ਦਿਨ ਇਵੈਂਚੁਅਲੀ ਸਾਡੇ ਦਿਨ ਵਧੀਆ ਹੋਣਗੇ, ਅਸੀਂ PR ਹੋਵਾਂਗੇ, ਅਸੀਂ ਕੀ ਕਹਿੰਦੇ ਨੇ ਆਪਣਾ ਸਾਡੀ ਇੱਕ ਵਧੀਆ ਖੁਸ਼ਹਾਲ ਜ਼ਿੰਦਗੀ ਹੋਊਗੀ। ਸੋ ਉਸ ਸੁਪਨਿਆਂ ਨੂੰ ਡੈਡੀਕੇਟਡ ਹੈ ਜੀ ਗਾਣਾ, ਬੜਾ ਪੋਜ਼ਿਟਿਵ ਗਾਣਾ। ਕਦੇ ਇਹ ਗੱਲ ਬਿਲਕੁਲ ਜਿਹੜੀਆਂ ਗੱਲਾਂ ਨੇ ਸੱਚ ਨੇ, ਜਦੋਂ ਮਾਵੀ ਗਾਣਾ ਲਿਖ ਵੀ ਰਿਹਾ ਸੀ, ਮੈਂ ਮਾਵੀ ਨੂੰ ਬਹੁਤ ਗੱਲਾਂ ਦੱਸੀਆਂ ਸੀ ਕਿ ਨਾ ਉੱਥੇ ਬੰਦੇ ਨੂੰ ਐਂ ਜੇ ਹੁੰਦਾ ਕਿ ਉਹ ਉਹਦੇ ਲਿਰਿਕਸ ਨੇ, ਮੈਂ ਤਾਂ ਗਾਣੇ ਦੀ ਹੁੱਕ ਹੱਕ ਕੇ, ਆਪਾਂ ਕਹਿੰਦੇ ਹਾਂ ਨਾ 2 ਲਾਈਨਾਂ ਸੁਣਾ ਦਿਉ ਜੀ, ਹੁੱਕ ਨਹੀਂ ਸੁਣਾਉਣੀ ਹੈਗੀ, ਮੈਂ ਸਾਰੇ ਹੀ ਸੁਣਾ ਸੁਣੂ ਦਿੰਦਾ, ਮੇਰਾ ਤਾਂ ਪਹਿਲਾਂ ਹੀ ਗਾ ਗੂ ਦਈਦੇ ਨੇ, ਮੈਂ ਤਾਂ ਸੁਣਾ ਸੁਣਾ ਕੇ ਤਾਂ ਕਰਦਾ ਗਾਣਾ ਕਿ ਬਾਈ ਕਰਦਾ। ਉਹ ਸੀਗਾ ਕਿ ਹਜੇ ਨਵੇਂ ਨਵੇਂ ਆਏ, ਲੱਖਾਂ ਸੁਪਨੇ ਲਿਆਏ, ਕਈ ਆਏ ਨੇ ਜ਼ਮੀਨਾਂ ਗਹਿਣੇ ਤਰ ਤਰ ਕੇ, ਹਜੇ ਯਾਰ ਸਾਰੇ ਕੱਚੇ ਹੋ ਜਾਵਾਂਗੇ ਨਹੀਂ ਪੱਕੇ, ਉੱਤੋਂ ਕੱਚੀ ਪੱਕੀ ਨੈਣਾਂ ਵਿੱਚ ਨੀਂਦ ਰੜਕੇ। ਸੋ ਸਾਰਿਆਂ ਦੇ ਨਾ ਅੱਖਾਂ ਦੇ ਵਿੱਚ ਨੀਂਦਾਂ ਰੜਕਦੀਆਂ ਹੁੰਦੀਆਂ ਸੀਗੀਆਂ ਸਾਡੇ, ਹੈ ਨਾ, ਕੋਈ ਲੇਟ ਆਉਂਦਾ ਸੀਗਾ ਕੰਮ ਤੋਂ, ਕੋਈ ਜਲਦੀ ਜਲਦੀ ਜਾਂਦਾ ਸੀਗਾ, ਕੋਈ ਗੱਡੀ 'ਚ ਸੁੱਤਾ ਰਹਿੰਦਾ ਸੀ ਕੋਈ, ਹੈ ਨਾ। ਸੋ ਉਹਨਾਂ ਸਾਰਿਆਂ ਨੂੰ ਡੈਡੀਕੇਟ ਹੈ, ਅਤੇ ਸੱਚੀ ਜਿਹੜੇ ਨਾਲ ਦੇ ਯਾਰ ਦੋਸਤ ਹੁੰਦੇ ਨੇ ਉਹ ਮਾਂ ਪਿਓ ਬਣ ਕੇ ਸਹਾਰਾ ਬਣਦੇ ਨੇ ਤੁਹਾਡਾ, ਕਿਉਂਕਿ ਬਾਹਰ ਘਰ ਦੇ ਤਾਂ ਹੁੰਦੇ ਨਹੀਂ, ਸੋ ਯਾਰ ਦੋਸਤ ਹੀ ਹੁੰਦੇ ਨੇ। ਮੈਨੂੰ ਵੀ ਯਾਦ ਹੈ ਕਦੇ ਕਿਸੇ ਨੇ ਰੋਟੀਆਂ ਲਾਹ ਕੇ ਰੱਖ ਦੇਣੀਆਂ, ਅਤੇ ਮੇਰਾ ਦੋਸਤ ਆ ਇੱਕ ਆਪਣਾ ਆਸਟ੍ਰੇਲੀਆ, ਅਤੇ ਸ਼ਰਨ, ਅਤੇ ਸ਼ਰਨ ਨੇ ਰੋਣਾ ਵੀ ਯਾਰਾਂ ਦੋਸਤਾਂ ਕੋਲ, ਹੱਸਣਾ ਵੀ ਉਹਨਾਂ ਦੇ ਨਾਲ ਹੀ। ਸੋਰੀ, ਵਿੱਚ ਕੋਈ ਫੋਨ ਆ ਗਿਆ ਸੀਗਾ ਜੀ। ਜਿੰਨੇ ਵੀ ਮੈਨੂੰ ਲੱਗਦਾ ਕੀ ਕਹਿੰਦੇ ਨੇ ਉਹ ਜਿਹੜੀ ਇਮੋਸ਼ਨ ਹੁੰਦੀ ਹੈ ਬੜੀ ਵੱਡੀ ਹੁੰਦੀ ਹੈ। ਸੋ ਮੈਂ ਆਪਣੇ ਵੱਲੋਂ ਇੱਕ ਬੜਾ ਪੋਜ਼ਿਟਿਵ, ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਜ਼ਿੰਮੇਵਾਰੀ ਭੁੱਖ ਤੋਂ ਭੁੱਖ ਅਤੇ ਦੂਰੀ ਤੋਂ ਕੀਤੀ ਸੀਗੀ, ਜੋ ਮੇਰੀ ਪਹਿਲੀ ਸ਼ੋਰਟ ਫਿਲਮ ਸੀ ਜ਼ਿੰਮੇਵਾਰੀ ਭੁੱਖ ਅਤੇ ਦੂਰੀ, ਉਹ ਵੀ ਪਰਦੇਸੀ ਜਿਹੜੇ ਪੁੱਤ ਸੀਗੇ, ਜੋ ਸਟੂਡੈਂਟ ਸੀ, ਇੰਟਰਨੈਸ਼ਨਲ ਸਟੂਡੈਂਟ ਸੀ, ਉੱਥੋਂ ਹੀ ਮੈਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ, ਮੇਰੀ ਪਹਿਲੀ ਸ਼ੋਰਟ ਫਿਲਮ ਆਪਣਾ, ਉਹਦੇ ਨਾਲ ਨਾਲ ਵੀ ਆਪਣਾ ਕਹਿੰਦੇ ਨੇ, ਚਲੋ ਚਲੋ ਮਿਲਦੇ ਹਾਂ ਫਿਰ ਆਪਾਂ, ਓਕੇ ਟੇਕ ਕੇਅਰ, ਟੇਕ ਕੇਅਰ, ਹਾਂ ਹਾਂ ਹੋ ਗਈ ਸੀ ਉੱਥੇ, ਅਤੇ ਥੈਂਕ ਯੂ। ਅਤੇ 17 ਤਰੀਕ ਨੂੰ ਗਾਣਾ ਆ ਰਿਹਾ ਜੀ ਗੱਡੀ 'ਚ ਯਾਰ ਆਪਣੇ ਕਮਲ ਖਹਿਰੇ ਦਾ, ਹੁਣ ਕਮਲ ਖਹਿਰਾ ਲੇਟ ਹੈ, ਉਹ ਤਾਂ ਇੱਥੇ ਆ ਨਹੀਂ ਰਿਹਾ, ਸੋ ਮੈਨੂੰ ਲੱਗਦਾ ਇਦੂ ਬਾਅਦ ਆਪਾਂ ਇੰਸਟਾਗ੍ਰਾਮ 'ਤੇ ਲਾਈਵ ਹੋਵਾਂਗੇ, ਅਤੇ ਇੰਸਟਾਗ੍ਰਾਮ ਲਾਈਵ ਦੇ ਉੱਤੇ ਹੀ ਕਮਲ ਨਾਲ ਤੁਹਾਨੂੰ ਮਿਲਾਵਾਂਗੇ। ਪਰ ਕਮਲ ਦਾ ਖਹਿਰਾ, ਕਮਲ ਖਹਿਰੇ ਗੱਡਾ ਗਾਣਾ ਆ ਰਿਹਾ ਜੀ 17 ਤਰੀਕ ਨੂੰ ਗੱਡੀ 'ਚ ਯਾਰ, ਜੋ ਕਿ ਪਰਸੋਂ ਆ, ਅੱਜ 15, ਅੱਜ ਬਾਈ 15 ਤਰੀਕ ਆ ਨਾ, ਅੱਜ 15, ਅੱਜ 15 ਤਰੀਕ ਆ, ਹਾਂ ਬਾਈ ਅੱਜ 15 ਤਰੀਕ ਹੈ, ਅਤੇ ਪਰਸੋਂ ਉਹ ਬਾਈ ਗਿਆ, ਪਰਸੋਂ ਨੂੰ 17 ਤਰੀਕ ਨੂੰ ਆਪਣਾ ਕਮਲ ਖਹਿਰੇ ਦਾ ਗਾਣਾ ਜੂਗਾ ਗੱਡੀ 'ਚ ਯਾਰ। ਪਲੀਜ਼ ਉਹਦੇ ਗਾਣੇ ਨੂੰ ਵੀ ਸਪੋਰਟ ਕਰਿਓ ਜੀ, ਨਵੀਂ ਕੰਪਨੀ ਆ ਜੀ 20 ਮਿਊਜ਼ਿਕ, ਅਤੇ ਉਹਦਾ ਪਹਿਲਾ ਗਾਣਾ, ਤੁਸੀਂ 20 ਮਿਊਜ਼ਿਕ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ, ਯੂ ਨੋ ਇਟ ਇਜ਼ ਅ ਨਿਊ ਗਾਏ, ਨਵੀਂ ਕੰਪਨੀ ਹੈ, ਸੋ ਕੰਪਨੀ ਨੂੰ ਵੀ ਸਪੋਰਟ ਕਰਿਓ, ਕਮਲ ਖਹਿਰੇ ਨੂੰ ਵੀ ਸਪੋਰਟ ਕਰਿਓ, ਬਹੁਤ ਵਧੀਆ ਟੈਲੈਂਟਡ ਆਰਟਿਸਟ ਹੈ ਕਮਲ ਖਹਿਰਾ, ਅਤੇ ਹੀ ਰੀਲੀ ਨੀਡਸ ਆਪਣੇ ਸਾਰਿਆਂ ਦੀ ਸਪੋਰਟ, ਥੈਂਕ ਯੂ। ਅਤੇ ਮੈਨੂੰ ਕੈਂਬੀ ਦੇ ਮੈਸੇਜ ਆ ਰਹੇ ਨੇ, ਕੈਂਬੀ ਬਿਲਕੁਲ ਠੀਕ ਆ, ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਮੈਨੂੰ ਸਨੈਪਚੈਟ ਇੰਸਟਾਗ੍ਰਾਮ ਜੁੜੇ ਨੇ, ਕੈਂਬੀ ਮੇਰਾ ਬੜਾ ਪੁਰਾਣਾ ਯਾਰ ਹੈ, ਅਤੇ ਕੈਂਬੀ ਦੀਆਂ ਪਹਿਲੇ ਦਿਨ ਤੋਂ ਹੀ ਮੈਂ ਬੜੀਆਂ ਸਨੈਪਚੈਟਾਂ ਪਾਉਣਾ, ਅਤੇ ਛੋਟਾ ਵੀਰ ਹੈ ਆਪਣਾ ਕੈਂਬੀ ਨੂੰ, ਕੈਨੇਡਾ ਜਾ ਕੇ ਸਭ ਤੋਂ ਪਹਿਲਾਂ ਮੈਂ ਕੈਂਬੀ ਨੂੰ ਮਿਲਿਆ ਸੀਗਾ, ਸੋ ਇਜ਼ ਵੈਰੀ ਡੀਅਰ ਟੂ ਮੀ, ਅਤੇ ਕੈਂਬੀ ਬਿਲਕੁਲ ਠੀਕ ਹੈ, ਤੁਸੀਂ ਸਾਰਿਆਂ ਨੇ ਕੈਂਬੀ ਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ, ਥੈਂਕ ਯੂ ਸੋ ਮੱਚ। ਮੈਂ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਹਰ ਇੱਕ ਕੀ ਕਹਿੰਦੇ ਨੇ ਪੰਜਾਬੀ ਆਡੀਅੰਸ ਦਾ, ਹਰ ਇੱਕ ਬੰਦੇ ਦਾ ਜਿਹਨੇ ਕਿਸੇ ਬੰਦੇ ਨੂੰ ਜੋ ਮਾੜੇ ਟਾਈਮ 'ਚ ਸੀਗਾ ਜਾਂ ਇੱਕ ਮਾੜੇ ਜ਼ੋਨ ਦੇ ਵਿੱਚ ਸੀਗਾ ਉਹਨੂੰ ਸਪੋਰਟ ਕਰਨੀ ਬਹੁਤ ਵੱਡੀ ਗੱਲ ਹੁੰਦੀ ਹੈ, ਅਤੇ ਆਡੀਅੰਸ ਨੂੰ ਬੰਦਾ ਆਪਣਾ ਸਮਝ ਕੇ ਆਪਣਾ ਦੁੱਖ ਸ਼ੇਅਰ ਕਰਦਾ। ਸੋ ਜਦੋਂ ਮੈਂ ਸਟੇਟਸ ਵੀ ਪਾਇਆ ਸੀਗਾ, ਮੈਂ ਜ਼ਿਆਦਾ ਨਹੀਂ ਉਦੋਂ ਬੋਲਿਆ ਇਸ ਕਰਕੇ ਕਿਉਂਕਿ ਮੈਨੂੰ ਐਂ ਸੀ ਕਿ ਮੇਰਾ ਭਰਾ ਹੈ, ਮੈਂ ਉਸ ਚੀਜ਼ ਨੂੰ, ਮੈਂ ਉਹ ਚੀਜ਼ਾਂ ਨੂੰ ਆਪਣਾ ਕੀ ਕਹਿੰਦੇ ਨੇ, ਆ ਜਾ ਹੁਣ ਤੂੰ ਵੀ, ਅਤੇ ਮੈਂ ਆਪਣਾ ਕੀ ਕਹਿੰਦੇ ਨੇ, ਮੈਂ ਬੜਾ ਇਮੋਸ਼ਨਲ ਸੀਗਾ, ਇਮੋਸ਼ਨਲ ਸੀ ਉਸ ਟਾਈਮ ਦੇ ਉੱਤੇ, ਕਿਉਂਕਿ ਮੈਂ ਫੀਲ ਕਰ ਰਿਹਾ ਸੀ ਉਹਦੀ ਪੇਨ, ਨਾ ਹੀ ਉਹ ਜਦੋਂ ਮੈਂ ਲਾਈਵ ਦੇਖਿਆ, ਮੈਂ ਸੁੱਤਾ ਉੱਠਿਆ
ਅਤੇ ਮੈਨੂੰ ਮੈਸੇਜ ਆਏ ਹੋਏ ਸੀਗੇ ਕਿਉਂਕਿ ਓਬਵੀਅਸਲੀ ਮੇਰੇ ਸਪੋਰਟਰ ਮੇਰੇ ਫੈਨਸ ਮੈਨੂੰ ਪਿਆਰ ਕਰਨ ਵਾਲਿਆਂ ਨੂੰ ਪਤਾ ਕਿ ਕੈਂਬੀ ਨਾਲ ਮੇਰਾ ਬੜਾ ਕਲੋਜ਼ ਰਿਲੇਸ਼ਨਸ਼ਿਪ ਹੈ। ਜਦੋਂ ਮੈਂ ਵੀਡੀਓ ਦੇਖੀ ਉਦਾਂ ਕੁਝ ਆ 'ਚ ਸੀਗਾ, ਮੈਂ ਉਹਨੂੰ ਮੈਸੇਜ ਕਰ ਰਿਹਾ ਸੀ, ਉਹ ਮੈਸੇਜ ਡਿਲੀਵਰ ਨਹੀਂ ਸੀ ਹੋ ਰਹੇ, ਤਾਂ ਮੈਂ ਕਾਫੀ ਵਰਿਡ ਸੀਗਾ। ਅਤੇ ਜਦੋਂ ਪਹੁੰਚਿਆ ਜਦੋਂ ਏਅਰਪੋਰਟ ਦੇ ਉੱਤੇ, ਅਤੇ ਉਸ ਤੋਂ ਬਾਅਦ ਕੀ ਹਾਲ ਹੈ ਵੀਰੇ? ਵਧੀਆ, ਬੈਠੋ ਬੈਠੋ ਬੈਠੋ, ਆ ਜਾਓ। ਕੀ ਹਾਲ ਹੈ ਵੀਰੇ? ਵਧੀਆ ਜੀ, ਕਿੱਦਾਂ ਜੀ, ਕਿੱਦਾਂ? ਅਤੇ ਜਦੋਂ ਆਪਣਾ ਕੀ ਕਹਿੰਦੇ ਨੇ ਕੈਂਬੀ ਲੈਂਡ ਹੋਇਆ, ਫਿਰ ਉਦੋਂ 15-20 ਮਿੰਟ ਬਾਅਦ ਮੇਰੀ ਗੱਲ ਹੋਈ। ਉਦੋਂ ਤੱਕ ਕੈਂਬੀ ਓਬਵੀਅਸਲੀ ਉਹਨੂੰ ਉਹਦਾ ਸਮਾਂ ਮਿਲ ਗਿਆ ਸੀਗਾ ਫੇਸਬੁੱਕ ਇੰਸਟਾਗ੍ਰਾਮ ਤੋਂ ਦੂਰ, ਅਤੇ ਜੋ ਉਹਨੇ ਲੜਾਈ ਲੜੀ ਹੋਣੀ ਆਪਣੇ ਆਪ ਨਾਲ ਉਹ ਜਹਾਜ਼ ਦੇ ਵਿੱਚ, ਉਹਦੀ ਉਹ ਲੜਾਈ ਆ। ਅਤੇ ਮੈਂ ਸ਼ੁਕਰਗੁਜ਼ਾਰ ਹਾਂ ਹਰ ਬੰਦੇ ਦਾ, ਕਿਉਂਕਿ ਅਸੀਂ ਵੀ ਤੁਹਾਡੇ ਅਰ ਗਈ ਹਾਂ, ਅਸੀਂ ਆਰਟਿਸਟ ਵੀ ਤੁਹਾਡੇ ਅਰ ਗਈ ਹਾਂ, ਸਾਨੂੰ ਵੀ ਉਹੀ ਗੱਲਾਂ ਹਰਟ ਕਰਦੀਆਂ ਨੇ ਜੋ ਤੁਹਾਨੂੰ ਹਰਟ ਕਰਦੀਆਂ ਨੇ। ਸਾਡਾ ਕੰਮ, ਸਾਡੇ ਸੋਚਣ ਦਾ ਤਰੀਕਾ, ਸਾਡੇ ਰਿਲੇਸ਼ਨਸ਼ਿਪ ਆਪਣੇ ਦੋਸਤਾਂ ਨਾਲ, ਆਪਣੇ ਪਰਿਵਾਰਾਂ ਨਾਲ ਉਹੋ ਜਿਹੇ ਹੀ ਨੇ ਜਿਹੋ ਜਿਹੇ ਬਾਕੀ ਆਉਂਦੇ ਨੇ। ਗੱਲ ਸਿਰਫ ਇੰਨੀ ਕਿ ਸਾਡੀ ਲਾਈਫ ਥੋੜ੍ਹੀ ਜਿਹੀ ਪਬਲਿਕ ਹੁੰਦੀ ਆ। ਮੈਂ ਸ਼ਿਓਰ ਹਾਂ ਕਿ ਤੁਹਾਡੀਆਂ ਸਨੈਪਚੈਟਾਂ 'ਚ, ਤੁਹਾਡੇ ਇੰਸਟਾਗ੍ਰਾਮ 'ਚ ਵੀ ਤੁਸੀਂ ਆਪਸ 'ਚ ਉਨੀਆਂ ਹੀ ਕਲੋਲਾਂ ਕਰਦੇ ਹੋ ਜਿੰਨੀਆਂ ਅਸੀਂ ਕਰਦੇ ਹਾਂ। ਅਤੇ ਉਹੋ ਜਿਹੇ ਹੀ ਜਿਵੇਂ ਆਪਾਂ ਕਹਿੰਦੇ ਹਾਂ, ਜੋ ਸ਼ੈਰੀ ਮਾਨਵੀਰ ਦਾ ਗਾਣਾ ਆਇਆ ਸੀਗਾ ਯਾਰਨ ਮੁੱਲੇ, ਅਤੇ ਮੈਨੂੰ ਐਂ ਲੱਗਦਾ ਯਾਰ ਇਹ ਤਾਂ ਸਾਡਾ ਗਾਣਾ, ਇਹ ਤਾਂ ਸਾਡਾ ਗਾਣਾ। ਉਦੋਂ ਮੈਂ ਵੀਰੇ ਨੂੰ ਜਾਣਦਾ ਨਹੀਂ ਸੀ, ਮੈਂ ਵੀਰੇ ਦਾ ਫੈਨ ਸੀ, ਅੱਜ ਵੀ ਫੈਨ ਹਾਂ, ਅਤੇ ਮੈਨੂੰ ਐਂ ਲੱਗਦਾ ਹੁੰਦਾ ਸੀ ਯਾਰ ਕਿ ਉਹ ਸਾਡੀ ਜੀ ਗੱਲ ਹੋ ਰਹੀ ਹੈ। ਸੋ ਮੈਨੂੰ ਲੱਗਦਾ ਕਿ ਅਸੀਂ ਬਿਲਕੁਲ ਤੁਹਾਡੇ ਵਰ ਗਈ ਹਾਂ, ਅਤੇ ਕਿਸੇ ਬੰਦੇ ਨੇ ਜੇ ਆਪਣਾ ਦੁੱਖ ਆਪਣੇ ਦੋਸਤਾਂ ਨਾਲ, ਆਪਣੀ ਆਡੀਅੰਸ, ਤੁਹਾਡੇ ਫੈਨਸ, ਤੁਹਾਡੀ ਫੈਮਿਲੀ ਵਰਗੇ ਹੁੰਦੇ ਨੇ ਉਹਨਾਂ ਨਾਲ ਸਾਂਝਾ ਕੀਤਾ, ਅਤੇ ਤੁਸੀਂ ਸਾਰਿਆਂ ਨੇ ਅੱਗੋਂ ਉਹਨੂੰ ਸਪੋਰਟ ਕੀਤਾ। ਸੋ ਇਹ ਬਹੁਤ ਵੱਡੀ ਗੱਲ ਹੈ ਤੁਹਾਡੇ, ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਕ੍ਰੈਡਿਟ, ਅਤੇ ਥੈਂਕ ਯੂ। ਅੱਗੇ ਵੀ ਰੱਬ ਨਾ ਕਰੇ ਕਿਸੇ ਨਾਲ ਵੀ ਮਾੜੀ ਹੋਵੇ ਕਿਸੇ ਵੀ ਰੂਪ ਦੇ ਵਿੱਚ, ਪਰ ਸਾਰਿਆਂ ਨਾਲ ਐਵੇਂ ਹੀ ਬੰਦਾ ਪਿਆਰ ਬਣਾਈ ਰੱਖੇ, ਸਾਰਿਆਂ ਨੂੰ ਸਪੋਰਟ ਕਰੇ, ਪੋਜ਼ਿਟਿਵ ਰਹਿਣਾ ਚਾਹੀਦਾ। ਸੋ ਥੈਂਕ ਯੂ, ਸੱਚੀ ਮੈਨੂੰ ਬਹੁਤ ਖੁਸ਼ੀ ਹੋਈ। ਜਿੰਨੇ ਵੀ ਫੈਨਸ ਨੇ, ਜਿੰਨੇ ਵੀ ਯੂਟਿਊਬਰ ਸੀਗੇ, ਸਾਰੇ ਜਣਿਆਂ ਨੇ ਦੇ ਰੀਲੀ ਸਪੋਰਟਡ ਹਨ। ਅਤੇ ਜ਼ਿਆਦਾਤਰ ਐਂ ਹੁੰਦਾ ਕਿ ਹਰ ਬੰਦੇ ਨੂੰ ਸੈਂਸੇਸ਼ਨਲ ਨਿਊਜ਼ ਚਾਹੀਦੀ ਹੁੰਦੀ ਹੈ ਕਿ ਆਹ ਡਿਜੀਟਲੀ ਚੀਜ਼ ਚੱਲ ਜੇ, 'ਤੇ ਕਲਿੱਕ ਵੱਜਣੇ, ਹੈ ਨਾ, ਹਾਈਪ ਕਰ ਜੇ, ਨਹੀਂ ਟ੍ਰੈਂਡਿੰਗ 'ਚ ਆ ਜੇ। ਪਰ ਐਂ ਹੁੰਦਾ ਕਿ ਨੈਗੇਟਿਵਿਟੀ ਬਹੁਤ ਟ੍ਰੈਂਡਿੰਗ 'ਚ ਰਹਿੰਦੀ ਆ, ਪੋਜ਼ਿਟਿਵਿਟੀ ਨੂੰ ਟ੍ਰੈਂਡਿੰਗ 'ਚ ਲਿਆਉਣਾ ਕੀ ਕਹਿੰਦੇ ਨੇ ਵੱਡੀ ਗੱਲ ਹੈ। ਅਤੇ ਇਸ ਚੀਜ਼ ਦਾ ਸਾਰਾ ਜਿਹੜਾ ਉਹ ਹੈ ਤੁਹਾਨੂੰ ਮਿਲਦਾ ਆਪਣਾ ਕ੍ਰੈਡਿਟ। ਅਤੇ ਇਹ ਚੀਜ਼ ਮੈਂ ਇਨ ਜਨਰਲ ਆਪਣੀ ਲਾਈਫ ਨੂੰ ਵਿੱਚ ਲੈ ਕੇ ਵੀ ਕਰ ਰਿਹਾ, ਜੇ ਮੈਂ ਵੱਧ ਘੱਟ ਬੋਲ ਗਿਆ ਹੋਵਾਂ ਤਾਂ ਸਾਰਿਆਂ ਨੂੰ ਪਹਿਲਾਂ ਹੀ ਸੋਰੀ। ਅਤੇ ਆਪਣਾ ਕੀ ਕਹਿੰਦੇ ਨੇ ਆਪਣਾ, ਬਾਕੀ ਹੁਣ ਨਾ ਇੱਕ ਬੰਦਾ ਜਿਹੜਾ ਬਹੁਤ ਲੇਟ ਆਇਆ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੇਰੇ ਵੱਲੋਂ ਨਾ ਪਹਿਲਾਂ ਹੀ ਲਿਖਤਾ, ਮੈਂ ਕਮਲ ਖਹਿਰਾ ਲੇਟ ਆ ਰਿਹਾ, ਸੋ ਮੈਂ ਪਹਿਲਾਂ ਹੀ ਕਹਿ ਦਿੰਦਾ। ਹਾਂ, ਗੱਡੀ ਮਾੜੀ ਲੱਗ ਗਈ ਸਾਈਡ ਤੋਂ। ਗੱਡੀ ਲੱਗ ਗਈ ਸੀ, ਹੁਣ ਠੀਕ ਆ? ਹਾਂ, ਮਾੜੀ ਜਿਹੀ ਉਹ ਟੱਚ ਟੁੱਟਾ ਹੀ ਨਹੀਂ ਜਾ ਰਹੀ। ਕਮਲ ਖਹਿਰੇ ਦਾ ਹੋਇਆ ਐਕਸੀਡੈਂਟ, ਇਹੀ ਕਹਿ ਕੇ ਮੈਂ ਹਟਿਆ, ਸੈਂਸੇਸ਼ਨਲ ਨਿਊਜ਼। ਠੀਕ ਹੈ ਜੀ, ਖਹਿਰਾ ਐਵੇਂ ਝਰੀਟਾਂ ਹੀ ਪਈਆਂ ਸੀ, ਕਹਿੰਦੇ ਨਹੀਂ ਲੱਗੀ, ਨਹੀਂ ਲੱਗੀ, ਨਹੀਂ ਲੱਗੀ ਗੱਡੀ 'ਚ ਯਾਰ। ਗਾਣੇ ਦੀ ਪ੍ਰਮੋਸ਼ਨ ਕਰਦੇ ਹੋਏ ਕਮਲ ਖਹਿਰੇ ਦੀ ਗੱਡੀ 'ਤੇ ਪਈਆਂ ਝਰੀਟਾਂ। ਕਮਲ ਖਹਿਰੇ ਦਾ ਗਾਣਾ ਹੈ ਜੀ 17 ਤਰੀਕ ਨੂੰ ਗੱਡੀ 'ਚ ਯਾਰ। ਅਤੇ ਸਾਰੇ, ਵੈਸੇ ਤਾਂ ਮੈਂ ਸਾਰਿਆਂ ਨੂੰ ਤੇਰੇ ਵੱਲੋਂ ਪਹਿਲਾਂ ਰਿਕੁਐਸਟ ਕਰਤੀ ਕਿ ਜੀ ਸਾਡਾ ਭਰਾ ਹੈ ਕਮਲ ਖਹਿਰਾ, ਅਤੇ 20 Music ਤੋਂ ਆ ਰਿਹਾ ਗਾਣਾ। 20 Music ਦਾ ਚੈਨਲ ਬਣ ਗਿਆ, 20 Music ਦਾ ਚੈਨਲ ਪਲੀਜ਼ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ, ਨਵੀਂ ਕੰਪਨੀ ਆ ਜਿੱਦਾਂ। ਹਾਂਜੀ, ਤੇ ਪਲੀਜ਼ 0 ਸਬਸਕ੍ਰਾਈਬਰ ਤੋਂ ਸ਼ੁਰੂ ਕਰਨ ਲੱਗੇ ਆ ਅਸੀਂ। ਸੋ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ, ਅਤੇ ਜਿੰਨੇ ਵੀ ਬੰਦੇ ਤੁਸੀਂ ਯਾਰ, ਇੱਕ ਉਹ ਆਪਾਂ ਗੱਲ ਪਰਸੋਂ ਗੱਲ ਕਰਦੇ ਸੀ, ਤੁਸੀਂ ਸਾਰੇ ਜਾਣੇ ਨਾ ਆਪਣੇ ਕੀ ਕਹਿੰਦੇ ਨੇ ID ਆ ਜਿਹੜੀ ਤੁਹਾਡੀ ਫੇਸਬੁੱਕ ID 'ਤੇ, ਕ੍ਰੀਏਟਿਵ ਤਰੀਕੇ ਨਾਲ ਆਪਣੀ ਕੋਈ ਨਾ ਯੂਟਿਊਬ ਕੋਈ ਵੀਡੀਓ ਬਣਾ ਕੇ ਪਾਓ ਜਿੱਥੇ ਤੁਸੀਂ ਆਪਣੇ ਦੋਸਤਾਂ ਨੂੰ ਕਹਿ ਰਹੇ ਹੋ ਕਿ ਯਾਰ 20 Music ਦਾ ਚੈਨਲ ਸਬਸਕ੍ਰਾਈਬ ਕਰ ਲਓ, ਅਤੇ ਉਦੋਂ ਬਾਅਦ ਉਹ ID ਦਾ ਲਿੰਕ ਤੁਸੀਂ ਕਮੈਂਟ ਬਾਕਸ 'ਚ ਛੱਡ ਦਿਓ। ਆਪਾਂ ਜਿਹੜੀ ਉਹ ਵੀਡੀਓ ਪਾਉਂਦੇ ਹਾਂ ਨਾ, ਗਾਣਾ ਆ ਰਿਹਾ ਨਵਾਂ, ਉਹ ਵੀਡੀਓ ਅਪਲੋਡ ਕਰ ਦਿਉ, ਗਾਣਾ ਆ ਰਿਹਾ ਜਿਹਦੇ ਸਬਸਕ੍ਰਾਈਬ ਕਰ ਲਓ ਵਾਲੀ ਵੀਡੀਓ ਥੱਲੇ ਤੁਸੀਂ ਆਪਣੀ ID ਦਾ ਲਿੰਕ ਛੱਡ ਦਿਉ, ਅਸੀਂ ਰੈਂਡਮ ਕੋਈ ID ਖੋਲਾਂਗੇ ਜਿਹਦੀ ਸਭ ਤੋਂ ਘੈਂਟ ਜੀ ਵੀਡੀਓ ਹੋਊਗੀ, ਉਹਨੂੰ ਆਪਾਂ ਬੁਲਾ ਲਾਂਗੇ ਚੰਡੀਗੜ੍ਹ, ਲੋਕਲ ਬੰਦੇ ਜਿਹੜੇ ਵੀ ਨੇੜੇ ਤੇੜੇ ਹੋਣਗੇ, ਅਤੇ ਤੁਸੀਂ ਸਾਡੇ ਨਾਲ ਬਹਿ ਕੇ ਯਾਰ ਸਾਨੂੰ ਮਿਲ ਲਿਓ, ਅਸੀਂ ਰੋਟੀ ਪਾਣੀ ਇਕੱਠੇ ਖਾ ਲਾਂਗੇ, ਹੈ ਨਾ, ਲੰਚ ਲੰਚ। ਹਾਂ ਹਾਂ, ਤੇਰੇ ਵਾਲੇ ਤੋਂ ਵੀ ਹੋਏ ਨੇ ਲਾਈਵ, ਬਾਈ ਵਾਲੇ ਤੋਂ ਵੀ ਲਾਈਵ ਹੋ ਜਾਓ, ਅਤੇ ਕੀ ਕਹਿੰਦੇ ਨੇ ਆਪਾਂ ਲੰਚ ਇਕੱਠੇ ਕਰ ਲਾਂਗੇ, ਉਹ ਲੰਚ ਦੇ ਪੈਸੇ ਦਊਗਾ ਕਮਲ ਖਹਿਰਾ। ਨਹੀਂ ਯਾਰ, ਤੇਰੀ ਗੱਡੀ 'ਤੇ ਝਰੀਟਾਂ ਪਈਆਂ ਨੇ, ਲੰਚ ਦੇ ਪੈਸੇ ਨਹੀਂ ਦਿੱਤੇ ਕਮਲ ਖਹਿਰਾ ਨੇ ਕਿਉਂਕਿ ਗੱਡੀ 'ਤੇ ਪਈਆਂ ਝਰੀਟਾਂ। ਅਤੇ ਥੋੜ੍ਹਾ ਸੁਣਾ ਦੇ ਥੋੜ੍ਹਾ ਜਿਹਾ ਗਾਣਾ। ਯਾਰ ਲਾਗਲੇ ਪਿੰਡਾਂ ਤੋਂ ਬਿੱਲੋ ਆਏ ਨੇ,
ਕੱਢੀ ਘਰ ਦੀ ਤੇ ਤਿੱਤਰ ਲਿਆਏ ਨੇ ਮਗਰ ਬੈਠੇ ਜਿਹੜੇ ਲਾਗਲੇ ਪਿੰਡਾਂ ਤੋਂ ਆਏ ਨੇ ਯਾਰ ਪਿੰਡਾਂ ਤੋਂ ਬਿੱਲੋ ਆਏ ਨੇ ਕੱਢੀ ਘਰ ਦੀ ਤੇ ਤਿੱਤਰ ਲਿਆਏ ਨੇ ਨੀ ਖੇਡਿਆ ਸ਼ਿਕਾਰ ਸੋਹਣੀਏ ਸਾਡੀ ਲੋਕਾਂ ਨੂੰ ਰੜਕਦੀ ਹੀ ਗੱਡੀ ਗੱਡੀ ਚ ਬੈਠੇ ਯਾਰ ਸੋਹਣੀਏ ਰੜਕਦੀ ਸੀ ਤਾਂ ਹੀ ਅੱਜ ਵੱਜ ਗਈ ਓਏ ਅੱਛਾ ਤੁਹਾਨੂੰ ਇੱਕ ਨਾ ਗੱਲ ਸੁਣਾਉਂਦੇ ਆ ਹੁਣ ਗਾਣੇ ਦਾ ਹੁੱਕ ਹੈ ਸਾਡੀ ਲੋਕਾਂ ਨੂੰ ਰੜਕਦੀ ਗੱਡੀ ਗੱਡੀ ਚ ਬੈਠੇ ਯਾਰ ਸੋਹਣੀਏ ਵਿੱਚ ਪੰਮਾ ਬੈਠਾ ਸੀ ਗੱਡੀ ਚ ਤੇ ਪੰਮੇ ਦਾ ਅਸੀਂ ਸ਼ਾਰਟ ਲੈਣਾ ਸੀਗਾ ਅਸੀਂ ਕਿਹਾ ਤੂੰ ਸਿੰਕ ਦੇ ਤੂੰ ਗਾਣਾ ਗਾ ਕਹਿੰਦਾ ਸਾਨੂੰ ਲੋਕਾਂ ਨੂੰ ਰੜਕਦੀ ਹੀ ਗੱਡੀ ਮੈਂ ਕਿਹਾ ਤੂੰ ਐਂਟੀ ਪਾਰਟੀ ਦਾ ਗਾਣਾ ਗਾਈ ਜਾਂਦਾ ਤੇ ਕਿਨੇ ਅਰਸ਼ ਨੇ ਨੀ ਆ ਸਭ ਵਿੱਚ ਕਲੋਲ ਪਾ ਦਿੱਤੀ ਕੀ ਕਹਿੰਦਾ ਜੀ ਮੈਂ ਯਾਰੀ ਜਿੰਦਾ ਗਾਣੇ ਚ ਬੋਲੀ ਆ ਜੀ ਅੱਡੀਆਂ 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 ਯਾਰੀ ਯਾਰੀ ਰੱਖੀ ਕੈਮ ਮਾਲਕਾ ਉੱਤੋਂ ਵਾਰ ਦਾਂਗੇ ਗੱਡੀਆਂ ਤੇ ਨੱਡੀਆਂ ਤੇ ਸਾਡਾ ਅਰਸ਼ਾ ਜਿਹੜਾ 20 ਮਿਊਜ਼ਿਕ ਵਾਲਾ ਜਿਹੜਾ ਆਪਣਾ ਪਾਰਟਨਰ ਹੈ ਆਪਣੇ ਭਰਾ ਸਾਹਮਣੇ ਬੈਠਾ ਕਹਿੰਦਾ ਉੱਤੋਂ ਮਾਰ ਦਾਂਗੇ ਗੱਡੀਆਂ ਤੇ ਨੱਡੀਆਂ ਮਾਰਤੀ ਗੱਡੀ ਨਾਲੇ ਆ ਜੀ ਸਾਡਾ ਭਰਾ ਅਰਸ਼ ਅਰਸ਼ ਹੈਲੋ ਕਹਿੰਦੇ ਸਾਰੇ ਜਣਿਆਂ ਨੂੰ ਤੇ ਆ ਸੁਪਨ ਵੀਰਾ ਆ ਸੁਪਨ ਵੀਰੇ ਦਾ ਦੋਸਤ ਦਿੱਲੀ ਤੋਂ ਤੇ ਆ ਸੁਪਨ ਵੀਰੇ ਦਾ ਬ੍ਰਦਰ ਸਾਰੀ ਲਾਈਵ ਹੋਏ ਨੇ ਕਿਆ ਬਾਤ ਹੈ ਬਾਕੀ ਕੰਪਨੀ ਵਾਲੇ ਪਲੀਜ਼ ਜੀ ਡਿਜੀਟਲੀ ਨਾ ਇਹਨੂੰ ਕੁਛ ਛੇੜਿਓ ਕਿਉਂਕਿ ਅਪੈਰੈਂਟਲੀ ਆਪਾਂ ਗਾ ਨਹੀਂ ਸਕਦੇ ਗਾਣੇ ਹਿਸਾਬ ਨਾਲ ਤਾਂ ਮੈਂ ਸਾਰੀ ਗਾ ਆਗੂ ਦਿੰਦਾ ਹਨਾ ਨਹੀਂ ਨਾ ਗਾ ਸਕਦੇ ਹੁੰਦੇ ਗਾਣਾ ਚੱਲ ਕੋਈ ਨਾ ਆਪਾਂ ਸੋਨੂੰ ਭਾਈ ਨੂੰ ਕਹਿ ਦਾਂਗੇ ਸਪੀਡ ਵਾਲ ਨੂੰ ਕਿ ਕੋਈ ਚੱਕਰ ਨਹੀਂ ਅਲਾਊਡ ਕਰ ਦਿਓ ਕੱਲਾ ਕੱਲਾ ਯਾਰ ਮੇਰਾ ਮੈਨੂੰ ਟਿਚਰਾ ਨਿਤ ਕਰਦਾ ਸੀ ਕੁੜੀਆਂ ਰੰਗ ਰੂਪ ਵੇਖਦੀਆਂ ਤਾਈਓਂ ਮੈਂ ਡਰਦਾ ਸੀ ਥੋੜਾ ਮੈਂ ਰੰਗ ਦਾ ਪੱਕਾ ਇਸੇ ਗੱਲ ਦਾ ਸੀ ਬਸ ਰੋਣਾ ਨੀ ਤੂੰ ਬਾਲੀ ਸੋਹਣੀ ਮੈਂ ਨਾ ਦੇਖਣੇ ਨੂੰ ਇੰਨਾ ਸੋਹਣਾ ਸਦਕੇ ਜਾਵਾਂ ਮਿੱਠੀਏ ਤੇਰੇ ਜਿੰਨਾ ਕੀ ਨੇ ਮੈਨੂੰ ਚਾਹੁਣਾ ਸਾਡੇ ਜਿਹੜੇ ਸੁਰ ਉੱਤੇ ਥੱਲੇ ਇਸ ਕਰਕੇ ਹੋ ਰਹੇ ਨੇ ਅਸੀਂ ਪਬਲਿਕ ਲੋਬੀ ਚ ਬੈਠੇ ਹਾਂ ਜਿਵੇਂ ਕੋਈ ਆਉਂਦਾ ਸੁਰ ਥੱਲੇ ਹੋ ਜਾਂਦਾ ਸਰ ਤੇ ਯਾਰ ਮੈਂ ਨਾ ਪਾਕਿਸਤਾਨ ਦੇ ਜਿੰਨੇ ਵੀ ਫੈਨਸ ਨੇ ਉਹਨਾਂ ਨੂੰ ਥੈਂਕ ਯੂ ਕਹਿਣਾ ਚਾਹੁੰਦਾ ਸੀ ਵੈਸੇ ਤਾਂ ਆਪਾਂ ਆਲ ਓਵਰ ਵਰਲਡ ਹੀ ਪਰ ਮੈਨੂੰ ਪਾਕਿਸਤਾਨ ਤੋਂ ਬਹੁਤ ਮੈਸੇਜ ਆਉਂਦੇ ਨੇ ਸੋ ਜਿੰਨੇ ਵੀ ਪਾਕਿਸਤਾਨ ਦੇ ਫੈਨਸ ਨੇ ਉਹਨਾਂ ਨੂੰ ਬਹੁਤ ਸਾਰਾ ਪਿਆਰ ਥੈਂਕ ਯੂ ਮੈਂ ਹਮੇਸ਼ਾ ਅਕਨੋਲੇਜ ਕਰਦਾ ਇਸ ਚੀਜ਼ ਨੂੰ ਸੋ ਥੈਂਕ ਯੂ ਵੈਰੀ ਮੱਚ ਤੇ ਆਪਣਾ ਕੋਈ ਹੋਰ ਗੱਲਬਾਤ ਹੋਰ ਬਾਕੀ ਤੁਸੀਂ ਮੈਸੇਜਸ ਪੜੋ ਤੁਹਾਡੀ ਨਿਗਾਹ ਪੈਂਦੀ ਹੈ ਮੈਸੇਜਸ ਨਾਮ ਆ ਰਹੇ ਨੇ ਵਿਸ਼ਾਲ ਹੁੰਦਲ ਵੀਰਾ ਪੰਕਜ ਵੀਰਾ ਤੇ ਵਿਸ਼ਾਲ ਹੁੰਦਲ ਵੀਰੇ ਦਾ ਕਹਿੰਦਾ ਬੰਬ ਗਾਣਾ ਜਗਜੀਤ ਪੱਟੀ ਵੀਰਾ ਕਹਿੰਦਾ ਪਰਮੀਸ਼ ਬਰੋ ਲਵ ਯੂ ਟੂ ਵੀਰੇ ਮੇਰੇ ਵਾਲੀ ਦਾ ਵੀ ਸਰਿਆ ਪਿਆ ਦੋਨੋ ਗਾਣੇ ਮਾਵੀ ਦੇ ਨੇ ਯਾਰ 17 ਤਰੀਕ ਨੂੰ ਵੀ ਕਾਲੂ ਦੱਸ ਦੋ ਸਾਰਿਆਂ ਨੂੰ ਕਾਲੂ ਹੈ ਮਾਵੀ ਦਾ ਘਰ ਦਾ ਨਾਂ ਪਿਆਰ ਨਾਲ ਅਸੀਂ ਉਹਨੂੰ ਕਾਲੂ ਕਹਿੰਦੇ ਆ ਤੇ ਸੋਰੀ ਮੈਨੂੰ ਕਾਲ ਆ ਗਈ ਸੀ ਸੋ 17 ਤਰੀਕ ਨੂੰ ਜਿਹੜਾ ਗਾਣਾ ਆ ਰਿਹਾ ਗੱਡੀਆਂ ਉਹ ਵੀ ਮਨਦੀਪ ਮਾਵੀ ਨੇ ਲਿਖਿਆ ਜਿਹੜਾ 22 ਤਰੀਕ ਨੂੰ ਗਾਣਾ ਆ ਰਿਹਾ ਕੱਚੇ ਪੱਕੇ ਯਾਰ ਉਹ ਵੀ ਮਨਦੀਪ ਮਾਵੀ ਨੇ ਲਿਖਿਆ ਤੇ ਇਹ ਤੁਸੀਂ ਐ ਮੰਨ ਲਓ ਕਿ ਸਾਲ ਚ ਦੋ ਹੀ ਗਾਣੇ ਲਿਖਦਾ ਇਹ ਬੰਦਾ ਬਹੁਤ ਔਖਾ ਵੀ ਕਹਿ ਕੇ ਲਿਖਾਉਣੇ ਪੈਂਦੇ ਮਿਹਨਤ ਤਰਲਾ ਮਾਰ ਕੇ ਤੇ ਥੈਂਕ ਯੂ ਸੋ ਮਚ ਸਾਡੇ ਭਰਾ ਮਨਦੀਪ ਮਾਵੀ ਦਾ ਤੇ ਜਿਹਨੇ ਏਡੇ ਖੂਬਸੂਰਤ ਗਾਣੇ ਲਿਖ ਕੇ ਸਾਨੂੰ ਦਿੱਤੇ ਤੇ ਪਰਮੀਸ਼ ਬਾਈ ਜੀ ਆ ਲਵ ਯੂ ਦਿਲ ਤੋਂ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਥੈਂਕ ਯੂ ਵੀਰੇ ਲਵ ਯੂ ਹੈਲੋ ਪਰਮੀਸ਼ ਵੀਰੇ ਹੈਲੋ ਪੰਕਸ ਵੀਰੇ ਕੀ ਹਾਲ ਹੈ ਹਿਮਾਂਸ਼ੂ ਠਾਕੁਰ ਵੀਰਾ ਵੀਰੇ ਆਈ ਐਮ ਵੇਟਿੰਗ ਫੋਰ ਯੂ ਔਨ ਇੰਸਟਾਗ੍ਰਾਮ ਇੰਸਟਾਗ੍ਰਾਮ ਤੇ ਤੂੰ ਬਾਅਦ ਚ ਆ ਜਾਵਾਂਗੇ ਪੱਕਾ ਵੀਰੇ ਹਾਂ ਤੇ ਸਿੱਧੂ ਮੂਸੇਵਾਲਾ ਹੀ ਭਰਾ ਯਾਰ ਆਪਣਾ ਛੋਟਾ ਵੀਰ ਤੇ ਬਹੁਤ ਘੈਂਟ ਗਾਣੇ ਆ ਰਹੇ ਨੇ ਸਿੱਧੂ ਮੂਸੇਵਾਲਾ ਦੇ ਫੁੱਲ ਸਪੋਰਟ ਆ ਸਿੱਧੂ ਮੂਸੇਵਾਲੇ ਨੂੰ ਲਵ ਯੂ ਵੀਰੇ ਤੇ ਬੜੀ ਸੋਹਣੀ ਕਲਮ ਆ ਉਹਦੀ ਬਾਈ ਦੀ ਉਹਨੇ ਨਵਾਂ ਗਾਣਾ ਬੜਾ ਸੋਹਣਾ ਲਿਖਿਆ ਹੈਵ ਯੂ ਓ ਸ਼ਿਟ 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 ਪੰਜਾਬੀ ਫੀਚਰ ਫਿਲਮ ਯਾਰ ਹਾਂ ਮੈਂ ਜਨਵਰੀ ਦੇ ਵਿੱਚ ਅਨਾਊਂਸ ਕਰਨੀ ਸੀਗੀ ਤੇ ਆਪਾਂ ਜਨਵਰੀ 'ਚ ਅਨਾਊਂਸ ਕਰਾਂਗੇ ਜਨਵਰੀ ਚੱਲ ਰਹੀ ਹੈ ਨਾਲੇ ਹਾਂਜੀ ਅਸੀਂ ਬਾਹਰ ਕਰੀ ਇੱਕ ਦੋ ਦਿਨ ਦਿਓ ਨਿੱਕੀਆਂ ਮੋਟੀਆਂ ਗੱਲਾਂ ਰਹਿ ਗਈਆਂ ਬਸ ਉਹਨਾਂ ਨਾਲ ਫਾਈਨਲ ਹੋਣ ਵਾਲੀਆਂ ਤੇ ਮੇਰੇ ਪੰਜਾਬੀ ਦੇ ਟੀਚਰ ਭੀਮਿੰਦਰ ਸਰ ਵੀ ਲਾਈਵ ਨੇ ਦੇਖ ਰਹੇ ਨੇ ਸਤਿ ਸ਼੍ਰੀ ਅਕਾਲ ਸਰ ਪੈਰੀ ਪੈਣਾ ਜੀ ਭੀਮਿੰਦਰ ਸਰ ਮੇਰੇ ਪੰਜਾਬੀ ਦੇ ਸਰ ਨੇ ਜਿਨ੍ਹਾਂ ਨੇ ਮੈਨੂੰ ਛੋਟੀ ਉਮਰ ਤੋਂ ਥੀਏਟਰ ਕਰਨ ਲਾਇਆ ਸੀਗਾ ਡੰਮੇ ਸਰ ਪਾਪਾ ਦੇ ਸਟੂਡੈਂਟ ਸੀਗੇ ਮੈਂ ਸਰ ਦਾ ਸਟੂਡੈਂਟ ਸੀ ਸੋ ਭੀਮਿੰਦਰ ਸਰ ਮੇਰੀ ਲਾਈਫ ਦੇ ਵਿੱਚ ਬਹੁਤ ਵੱਡਾ ਰੋਲ ਹੈ ਜੀ ਤੁਹਾਡਾ ਜੇ ਮੈਂ ਅੱਜ ਇਸ ਮੁਕਾਮ 'ਤੇ ਹਾਂ ਉਹਦੇ ਵਿੱਚ ਜਿਹੜਾ ਬੂਟਾ ਤੁਸੀਂ ਲਾਇਆ ਸੀਗਾ ਸੋ ਸਰ ਥੈਂਕ ਯੂ ਸੋ ਮੱਚ ਅਤੇ ਰਿਆਜ਼ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ
ਤੇ ਥੈਂਕ ਯੂ ਸਰ, ਥੈਂਕ ਯੂ ਸਰ, ਸਰ ਨੇ ਲਿਖਿਆ ਵੈਲ ਡਨ, ਥੈਂਕ ਯੂ ਸਰ, ਬਹੁਤ ਕੁੱਟ ਖਾਧੀ ਆ ਮੈਂ ਸਰ ਤੋਂ, ਸਰ ਨੇ ਬਹੁਤ ਮੇਰਾ ਬੜਾਂਗਾ ਪੂਰਾ ਲਿਖਿਆ, ਹਾਂ ਸੋ ਸਰ ਤੋਂ ਬਹੁਤ ਕੁੱਟ ਖਾਧੀ ਆ ਮੈਂ, ਪਰ ਤੁਹਾਡੀ ਜਿਹੜੀ ਕੁੱਟ ਸੀ ਲੱਗਦਾ ਸਰ ਉਹ ਅਸਰ ਕਰ ਗਈ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਭੀਮਿੰਦਰ ਸਰ, ਅਤੇ ਮੇਰਾ ਦੋਸਤ ਗਿੰਨੀ, ਗਿੰਨੀ ਵੀ ਦੇਖ ਰਿਹਾ, ਅਤੇ ਗਿੰਨੀ ਤੈਨੂੰ ਵੀ ਬਹੁਤ ਸਾਰਾ, ਨਾ 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 ਉਹ ਹਾਂ ਗਿੰਨੀ ਵਾਲਾ ਮੈਲਬਨ ਵਾਲਾ ਵੀ, ਗਿੰਨੀ ਸਾਡਾ ਭਰਾ ਇੱਕ, ਉਹਦਾ ਵੀ ਗਾਣਾ ਆ ਰਿਹਾ ਬਹੁਤ ਛੇਤੀ, ਅਤੇ ਗਿੰਨੀ ਦੇ ਗਾਣੇ 'ਚ ਪ੍ਰੋਬਲਮ ਕੀ ਆ ਵੀਰੇ, ਐਡੀਟਿੰਗ ਦਾ ਟਾਈਮ ਨਹੀਂ ਹੈਗਾ, ਪ੍ਰੋਬਲਮ ਮੈਂ ਹਾਂ, ਸੋਰੀ, ਅਗਲੇ ਮਹੀਨੇ ਇਹਦਾ ਗਾਣਾ ਖਾ ਗਿਆ ਐਡੀਟਿੰਗ, ਇਹਦਾ ਗਾਣਾ ਖਾ ਗਿਆ ਘੱਟੋ ਘੱਟ ਹਫ਼ਤਾ ਐਡੀਟਿੰਗ 'ਚ, ਬਹੁਤ ਘੇਰ ਘੇਰ ਕੇ ਲਿਆਉਣਾ ਪੈਂਦਾ ਵੀਰੇ ਨੂੰ ਫੜ ਕੇ, ਤੇ ਇੱਕ ਸਾਡਾ ਆਸਟ੍ਰੇਲੀਆ ਦਾ ਕੀ ਕਹਿੰਦੇ ਨੇ ਸਿੰਗਰ ਆ ਵੀਰਾ, ਉਹਦਾ ਵੀ ਗਾਣਾ ਆ ਰਿਹਾ ਸਿਡਨੀ ਦਾ, ਹੈ ਨੀ, ਹਾਂ ਹਾਂ ਉਹੀ ਮੈਂ ਕਹਿਣ ਲੱਗਾ ਸੀ, ਇੱਕ ਮੁੰਡਾ ਬਿੰਨੀ ਆ, ਉਹਦਾ ਬ੍ਰਦਰ ਗਿੰਨੀ ਆ, ਉਹ ਆਸਟ੍ਰੇਲੀਆ ਦਾ ਮੁੰਡਾ, ਉਹਦਾ ਵੀ ਗਾਣਾ ਆਉਣਾ, ਤੇ ਪਾਪਾ ਜਾ ਰਹੇ ਹੋ, ਅੱਛਾ ਠੀਕ ਹੈ ਠੀਕ ਹੈ, ਵਿਰਾਜ ਦਾ ਗਾਣਾ, ਤੇ ਵਿਰਾਜ ਦਾ ਵੀ ਗਾਣਾ ਆਉਣਾ, ਵਿਰਾਜ ਕੈਨੇਡਾ ਤੋਂ ਹੈ, ਤੇ ਬਿੰਨੀ ਤੇ ਗਿੰਨੀ ਵਾਲਾ ਗਾਣਾ ਵੀ ਛੇਤੀ ਆ ਰਿਹਾ, ਹਰਜਾਪ ਵਾਲਾ ਐਡੀਟਿੰਗ ਤੇ ਲੱਗਿਆ, ਹਰਜਾਪ ਦਾ ਗਾਣਾ, ਕਿੰਨੇ ਪ੍ਰੋਜੈਕਟਾਂ ਬਾਰੇ ਦੇ ਲਓ ਮੈਨੂੰ, ਮੇਰੇ ਬਹੁਤ ਜ਼ਿਆਦਾ ਕੀ ਦੱਸਾਂ ਬਾਈ ਜੀ, ਐਡੀਟਿੰਗ ਦਾ ਟਾਈਮ ਹੈ ਨਹੀਂ, ਸੋਰੀ ਵੀਰੇ, ਤੇ ਆਪਣਾ ਠੰਡ ਨਹੀਂ ਹੈਗੀ ਇੱਥੇ, ਬਹੁਤ ਠੰਡ ਆ ਬਾਈ, ਤੁਹਾਨੂੰ ਕੀ ਦੱਸੀਏ, ਤੁਸੀਂ ਬੈਠੇ ਅੰਦਰ ਆ ਗਏ, ਚੰਗੀ ਥਾਂ 'ਤੇ ਬੈਠੇ ਹਾਂ, ਅਤੇ ਭਾਅ ਜੀ ਮੈਂ ਦੋਨੋਂ ਸਾਈਡ ਦੇਖ ਰਿਹਾ ਕਮਲ ਖਹਿਰੇ ਵੀਰੇ ਦਾ, ਅੱਛਾ ਉਹ ਕਮਲ ਖਹਿਰਾ ਵੀ ਲਾਈਵ ਹੋਇਆ ਹੋਇਆ, ਉਧਰੋਂ ਮੇਰੇ ਵਾਲਾ ਫੋਨ ਉੱਧਰ, ਅੱਛਾ ਉੱਧਰੋਂ ਵੀ ਲਾਈਵ ਚੱਲ ਰਿਹਾ, ਸਤਿ ਸ਼੍ਰੀ ਅਕਾਲ ਅਮਿਤ ਭਾਅ ਜੀ, ਕੀ ਹਾਲ ਹੈ ਜੀ, ਵਧੀਆ ਜੀ, ਅਸੀਂ ਲਾਈਵ ਹਾਂ ਜੀ ਇੱਥੇ, ਅਤੇ ਥੈਂਕ ਯੂ ਸਰ, ਅਤੇ ਉਹ ਯਾਰ ਦੋ ਦੋ ਪੈਗ ਨੂੰ ਵੀ ਇੰਨਾ ਜ਼ਿਆਦਾ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ 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 ਧੰਨਵਾਦ, ਅਤੇ ਮੈਨੂੰ ਬੜੇ ਮੈਸੇਜ ਆ ਰਹੇ ਨੇ ਕਿ ਬਾਈ ਤੂੰ ਦੋ ਪੈਗ 'ਚ ਪੈਗ ਨਹੀਂ ਦਿਖਾਏ, ਘੈਂਟ ਗੱਲ ਕੀਤੀ, ਥੈਂਕ ਯੂ ਸੋ ਮੱਚ, ਅਸਲ 'ਚ ਮੈਨੂੰ ਇਹ ਸੀਗਾ ਕਿ ਸੀਜ਼ਨ ਦਾ ਗਾਣਾ ਡਾਂਸ ਟਰੈਕ ਸੀਗਾ, ਸੋ ਮੈਂ ਉਹਦੇ ਵਿੱਚ ਸਟੋਰੀ ਸੀ ਜਿਹੜੀ ਉਹ ਇਸ ਹਿਸਾਬ ਨਾਲ ਕੀਤੀ ਕਿ ਉਹ ਬੰਦਾ ਕਹਿੰਦਾ ਆ ਜਾ ਦੋ ਪੈਗ ਮਾਰੀਏ, ਦੂਜਾ ਕਹਿੰਦਾ ਮੈਂ ਨਹੀਂ ਮਾਰਨੇ, ਸੋ ਉਹਨੂੰ ਐਂ ਅਵੇ ਫਰੋਮ ਐਲਕੋਹਲ ਰੱਖਿਆ ਸੀ ਸਟੋਰੀ ਨੂੰ, ਈਵਨ ਕੀ ਕਹਿੰਦੇ ਨੇ ਆਪਣਾ ਬਾਈ ਲਵ ਯੂ ਬਾਈ ਅਸਲਮ ਵੀਰਾ, ਥੈਂਕ ਯੂ ਸੋ ਮੱਚ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ, ਦੀਪਕ ਸ਼ੈਫ ਜਿੱਦੀ ਲੁਬਾਣਾ ਵੀਰਾ, ਥੈਂਕਸ ਫੋਰ ਹੈਲਪਿੰਗ ਕੈਂਬੀ, ਉਹ ਵੀਰੇ ਮੈਂ ਉਹਦੀ ਕੋਈ ਹੈਲਪ ਨਹੀਂ ਕੀਤੀ, ਤੁਹਾਡੇ ਸਾਰਿਆਂ ਦਾ ਥੈਂਕਸ, ਤੁਸੀਂ ਉਹਦੀ ਹੈਲਪ ਕੀਤੀ, ਮੇਰਾ ਤਾਂ ਭਰਾ ਹੈ ਬਾਈ, ਉਹ ਤਾਂ ਅਸੀਂ ਪਹਿਲੇ ਦਿਨ ਤੋਂ ਹੀ ਇਕੱਠੇ ਹਾਂ ਜੀ, ਅਤੇ ਸੈਣੀ ਪ੍ਰੀਤ ਵੀਰਾ ਫੁੱਲੀ ਐਕਸਾਈਟਡ, ਸਾਰਿਆਂ ਨੂੰ ਚਲੋ ਤੁਹਾਡੇ ਤੋਂ ਹੁਣ ਇਜਾਜ਼ਤ ਲੈਂਦੇ ਹਾਂ, ਕਿ ਰਹਿਣ ਦੀ ਹੈ ਹਲਕਾ ਜਿਹਾ ਲਾਈਵ ਟਾਈਮ, ਕੀ ਹੋ ਗਿਆ